YouTube चैनल ते अज ना थोनू आपां तीन टॉप दीआं जर्सियां दिखाउणीआं ने, इहदा दिखा देईए ना। एक तां जिहड़ी आ पहले नंबर ते आ, इहदे पिछे बच्ची हैगी, ताजी सूई है, दुध दे दूगी 20 तों प्लस, इह 20 तों प्लस 22-30 लीटर दुध उम्मीद है भी इह देऊगी। दूजे सूए सूई है जी, बहुत ठंडी सील हैगी, थोड़ा जिहा करदी हैगी, ते दूजे सूए सूई है। पिछे इहदे जग दी बस्सी हैगी, देखो करो चैक रेट नू, वीडियो नू लास्ट तक देखियो, रेट थोनू सारे दसांगे तन्ने गावां दे वीडियो दे विच। ते आ जर्सी है जिहड़ी, इहदे लगभग हफ्ता बाकी आ सूण च, प्योर पंजाब वाली आ। फेस फूस दिखा दे ते आर्डर दिखा दे, ठंडी सील आ बहुत ज़्यादा, देखो करो चैक। ते हले तां खुलना आर्डर ने, लगभग सूण च इहदे हफ्ता बाकी हैगा, ते इह प्योर पंजाब वाली हैगी, इह भी बहुत ज़्यादा चंगी आ। ਜਿਹੜੀ ਆ ਸਿਰੇ ਤੇ ਬੱਸੀ ਆ, ਆਪਾਂ ਇਹਦਾ ਮੁੱਲ ਕਿੰਨਾ ਮਰਜ਼ੀ ਕਰਾ ਲਓ, ਇੱਕ 10 ਕਰਾ ਲਓ, ਇੱਕ 20 ਕਰਾ ਲਓ, 1.25 ਕਰਾ ਲਓ, ਹਾਂ ਤੇ ਨਾ, ਇਹ 85,000 ਦੀ ਦੇਣੀ ਆ ਜੀ ਜਿਹੜੀ ਆ ਬੱਸੀ ਹੈਗੀ। ਅਤੇ ਜਿਹੜੀ ਆ ਦੂਜੇ ਨੰਬਰ 'ਤੇ ਤੁਸੀਂ ਦੇਖ ਰਹੇ ਹੋਗੇ, ਇਹਦਾ ਆਪਾਂ ਜਮ੍ਹਾਂ ਦੇਣ 'ਤੇ ਲੈਣ ਕਰਨਾ ਗਾ ਮੁੱਲ 1,25,000, 1.25 ਦੀ ਦੇਣੀ ਆ ਜਿਹੜੀ ਆ ਬੱਸੀ ਆ। ਦੁੱਧ ਇਹਨੇ ਦਿੱਤਾ ਹੋਇਆ ਗਾ ਪਿਛਲੇ ਸੂਏ 26, ਐਤਕੀ ਵੀ ਉਮੀਦ ਹੈ ਵੀ 30 ਦੇ ਨੇੜੇ ਇਹ ਦੁੱਧ ਦਿਓਗੀ। 26 ਲੀਟਰ ਦੁੱਧ ਇਹਨੇ ਪਿਛਲੇ ਸੂਏ ਦਿੱਤਾ ਹੈਗਾ, ਚੈੱਕ ਕਰੋ, ਬਹੁਤ ਚੰਗੀ ਹੈਗੀ। ਲੈਗ ਸਕੋਰ ਤੁਸੀਂ ਚੈੱਕ ਕਰ ਸਕਦੇ ਹੋ, ਅਤੇ ਫੇਸ ਕੁਆਲਿਟੀ ਦਾ ਪਿਓਰ ਪੰਜਾਬ ਵਾਲੀ ਹੋਈ ਹੈ। ਦੇਖੋ ਜੀ ਫੇਸ, ਦੇਖੋ ਤੁਸੀਂ, ਪਿਓਰ ਪੰਜਾਬ ਵਾਲੀ ਹੈਗੀ ਅਤੇ ਬਹੁਤ ਚੰਗੀ ਹੈਗੀ। ਜਿਹੜੀ ਆ ਗਈ ਤੀਜੇ ਨੰਬਰ 'ਤੇ, ਪਹਿਲਾਂ ਦਾ ਆਰਡਰ ਦਿਖਾ ਦੇਗਾ, ਇਹਦਾ ਵੀ ਹਫ਼ਤਾ ਬਾਕੀ ਆ, 7 ਦਿਨ ਰਹਿੰਦੇ ਨੇ ਸੂਣ 'ਚ, ਅਤੇ ਆਰਡਰ ਤਾਂ ਤੁਸੀਂ ਦੇਖੋ ਵੀ ਐਂ ਲੱਗਦਾ ਜਿਵੇਂ ਤਿਆਰੀ 'ਤੇ ਹੁੰਦੀ ਹੈਗੀ, ਜਿਵੇਂ ਖੜੂਖੜ ਲੱਗਿਆ ਹੁੰਦਾ, ਐਂ ਆਰਡਰ ਤਾਂ ਇਹਦਾ। ਇਹ ਮੂੰਹੋਂ ਸਿੱਗੀ ਆ, ਅਤੇ ਜਿਹੜੀਆਂ ਆਪਾਂ ਤਿੰਨੇ ਜਰਸੀਆਂ ਨੇ, ਤਿੰਨੀ ਸਿੱਗੀਆਂ ਨੇ ਮੂੰਹੋਂ ਤਾਂ। ਕਰੋ ਚੈੱਕ ਫੇਸ ਕੁਆਲਿਟੀ ਇਹਦਾ, ਚੈੱਕ ਕਰੋ। ਇਹਨੇ ਵੀ 26 ਲੀਟਰ ਦੁੱਧ ਪਿਛਲੇ ਸੂਏ ਦਿੱਤਾ ਹੈਗਾ, ਐਤਕੀ ਵੀ ਉਮੀਦ ਹੈ ਵੀ ਇਹ 26 ਤੋਂ 28 ਦੇ ਵਿਚਕਾਰ ਦੁੱਧ ਦੇਊਗੀ। ਇਹ ਵੀ 1.25 ਦੀ ਦੇਣੀ ਹੈ ਜੀ, 1,25,000 ਰੁਪਇਆ ਆਪਾਂ ਇਹਦਾ ਜਮ੍ਹਾਂ ਦੇਣ ਲੈਣ ਕਰਦਾ। ਜੇ ਕੋਈ ਬੰਦਾ ਤਰਨ ਤਾਰਨ ਜਾਂ ਅੰਬਰਸਰ ਦਾ, ਇੱਧਰ ਬਟਾਲੇ ਸਾਈਡ ਦਾ ਕੋਈ ਬੰਦਾ, ਗੁਰਦਾਸਪੁਰ ਕਣੀ ਦਾ, ਕੋਈ ਵੀ ਜੋੜਾ ਗਾਵਾਂ ਦਾ ਇਹ ਖਰੀਦਦਾ ਹੈਗਾ ਜਰਸੀਆਂ ਦਾ, ਤਾਂ ਆਪਾਂ ਪਹੁੰਚ ਕਰ ਦਾਂਗੇ ਜੀ। ਹਾਂ ਤੇ ਨਾ, ਆਪਾਂ ਇਹ ਦੋਵੇਂ ਜੋੜੇ ਦੇ ਦਾਂਗੇ 2.5 ਦੇ, ਦੋਵੇਂ ਗਾਵਾਂ 2.5 ਲੱਖ ਦੀਆਂ ਦੇ ਦਾਂਗੇ। ਜਿਹੜੀ ਸਿਰੇ ਵਾਲੀ ਗਾਂ ਸੂਈ ਹੋਈ 85,000 ਦੀ, ਆਪਾਂ ਇਹ ਗਾਂ ਦੇ ਦੇਣੀ ਹੈਗੀ। ਲੈ ਨੰਬਰ ਸਕਰੀਨ 'ਤੇ ਚੱਲਦਾ, ਕਿਸੇ ਵੀਰ ਨੂੰ ਕੋਈ ਵੀ ਗਾਂ ਪਸੰਦ ਆਈ ਹੈ ਤੁਸੀਂ ਉਸ ਨੰਬਰ 'ਤੇ ਸੰਪਰਕ ਕਰਕੇ ਖਰੀਦ ਸਕਦੇ ਹੋ। ਐਡਰੈਸ ਤੁਸੀਂ ਆਪਣਾ ਨੋਟ ਕਰ ਲਓ, ਪਿੰਡ ਲੋਹਾ ਖੇੜਾ, ਧਨੌਲੇ ਮੰਡੀ ਦੇ ਨਾਲ ਹੈ, ਅਤੇ ਜਿਹੜਾ ਬਾਰਬਰ ਟੂਲ ਪਲਾਜ਼ਾ ਉੱਥੋਂ ਸਿੱਧੀ ਸੜਕ ਆਉਂਦੀ ਹੈ ਲੋਹਾ ਖੇੜੇ ਨੂੰ, ਅਤੇ 9508-0955 ਇਹ ਆਪਣਾ ਕੰਟੈਕਟ ਨੰਬਰ ਆ, ਸਕਰੀਨ 'ਤੇ ਵੀ ਚੱਲਦਾ। ਕਿਸੇ ਵੀਰ ਨੂੰ ਕੋਈ ਵੀ ਗਾਂ ਪਸੰਦ ਆਉਂਦੀ ਆ ਤਾਂ ਇਸ ਨੰਬਰ 'ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ। ਵੀਡੀਓ ਦੇਖਣ ਲਈ ਧੰਨਵਾਦ ਜੀ, ਆਪਣੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ, ਅਤੇ ਫੇਸਬੁੱਕ ਪੇਜ ਨੂੰ ਕਰ ਦਿਓ ਫੋਲੋ। ਧੰਨਵਾਦ ਜੀ।